ਸਤਰੀਆਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਿਤ ਪ੍ਰਸਾਰ ਅਮਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਚਰਚਾ ਕਰਾਂਗੇ ਕਿ ਕੀ ਈਡੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਭੇਜਣ ਦੀ ਤਿਆਰੀ ਹੈ ਉਹਨਾਂ ਨੇ ਅਰੈਸਟ ਕੀਤਾ ਜਾਏਗਾ ਇਹ ਜੋ ਸ਼ਰਾਬ ਘਟਾਲੇ ਦਾ ਚੱਲ ਰਿਹਾ ਕੇਸ ਹੈ ਇਸ ਵਿੱਚ ਉਸ ਨੂੰ ਦੂਸਰਾ ਨੋਟਿਸ ਦਿੱਤਾ ਗਿਆ ਈਡੀ ਵੱਲੋਂ ਕਿ ਉਹ 21 ਦਸੰਬਰ ਨੂੰ ਮੁੜ ਈਡੀ ਦੇ ਦਫ਼ਤਰ 'ਚ ਪੇਸ਼ ਹੋਣ ਅਤੇ ਇਸ ਤੋਂ ਪਹਿਲਾਂ ਉਹਨਾਂ ਨੇ 2 ਨਵੰਬਰ ਨੂੰ ਜੋ ਨੋਟਿਸ ਭੇਜਿਆ ਸੀ ਉਸ ਵਿੱਚ ਕੈਦਰੀਵਾਲ ਜੀ ਪੇਸ਼ ਨਹੀਂ ਸੀ ਹੋਏ ਬਲਕਿ ਉਹਨਾਂ ਨੇ ਇੱਕ ਚਿੱਠੀ ਦਾਗ ਦਿੱਤੀ ਸੀ ਜਿਸ ਵਿੱਚ ਉਹਨਾਂ ਨੇ ਕਈ ਕਿਸਮ ਦੇ ਸਵਾਲ ਖੜੇ ਕਰ ਦਿੱਤੇ ਸਨ ਔਰ ਉਹ ਕੇਜਰੀਵਾਲ ਨੂੰ ਭੇਜੀ ਗਈ ਜਿਹੜੀ ਈਡੀ ਦਾ ਉਹ ਨੋਟਿਸ ਸੀ ਉਹਦੇ ਵਿੱਚ ਵੀ ਬੜੀਆਂ ਖਾਮੀਆਂ ਸਨ ਕਮੀਆਂ ਸਨ ਨੁਕਸ ਪੜਿਆ ਸੀਗਾ ਜਿਸ ਦਾ ਕੇ ਅਰਵਿੰਦ ਕੇਜਰੀਵਾਲ ਨੇ ਆਪਣੇ ਵਕੀਲਾਂ ਦੀ ਸਲਾਹ ਨਾਲ ਪੂਰਾ ਪੂਰਾ ਫਾਇਦਾ ਉਠਾਇਆ ਇੱਥੇ ਅਸੀਂ ਤੁਹਾਨੂੰ ਇੱਕ ਗੱਲ ਬੜੀ ਸਪਸ਼ਟ ਕਰਨਾ ਚਾਹੁੰਦੇ ਆ ਕਿ ਤਿੰਨ ਸਟੇਟਾਂ ਵਿੱਚ ਜਾਨੀ ਰਾਜਸਥਾਨ ਮੱਧਿਆ ਪ੍ਰਦੇਸ਼ ਅਤੇ ਛੱਤੀਗੜ੍ਹ ਵਿੱਚ ਜੋ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਹੈ ਪਾਰਟੀਆਂ ਜਨਤਾ ਪਾਰਟੀ ਨੇ ਜਾਂ ਐ ਕਹਿ ਲਿਏ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਉਸ ਨਾਲ ਉਹਨਾਂ ਦੇ ਹੌਸਲੇ بلند ਹੋ ਗਏ ਹਨ ਉਹਨਾਂ ਬਲੰਦੀਆਂ ਵਿੱਚੋਂ ਹੀ ਉਹਨਾਂ ਨੇ ਈਡੀ ਨੂੰ ਫਿਰ ਭੇਜਿਆ ਕੇਜਰੀਵਾਲ ਵਾਲ ਕੇ ਹੁਣ ਕੇਜਰੀਵਾਲ ਦੇਖਦੇ ਆ ਕਿੱਥੇ ਭੱਜੇਗਾ ਤੇ ਹੁਣ ਕੇਜੀਵਾਲ ਲਈ ਭੱਜਣ ਦਾ ਰਸਤਾ ਵੀ ਕੋਈ ਨਹੀਂ ਉਹਨੂੰ ਪੇਸ਼ ਹੋਣਾ ਹੀ ਪਏਗਾ ਕਿਉਂਕਿ ਇਸ ਕੇਸ ਦਾ ਜੋ ਇਸ ਵੇਲੇ ਤੱਕ ਜੋ ਰੁਖ ਬਣਿਆ ਉਹ ਇਹ ਬਣਿਆ ਕਿ ਸੰਜੇ ਸਿੰਘ ਮੈਂਬਰ ਰਾਜ ਸਭਾ ਦੀ ਸਾਰੀਆਂ ਪਟੀਸ਼ਨਾਂ ਜ਼ਮਾਨਤ ਲਈ ਦਿੱਲੀ ਹਾਈ ਕੋਰਟ ਤੋਂ ਅਤੇ ਸੁਪਰੀਮ ਕੋਰਟ ਤੋਂ ਸਭ ਰਿਜੈਕਟ ਹੋ ਗਈਆਂ ਹਨ ਇਸ ਤੋਂ ਇਲਾਵਾ ਮਨੀਸ਼ ਸੋਦੀਆ ਜੋ ਕਿ ਡਿਪਟੀ ਚੀਫ ਮਨਿਸਟਰ ਸਨ ਅਤੇ ਐਕਸਾਈਜ਼ ਮਿਨਿਸਟਰ ਸਨ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਿੱਚ ਅਤੇ ਜਿਨ੍ਹਾਂ ਨੇ ਇਹ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਡਰਾਫਟ ਕੀਤਾ ਸੀ ਜਿਸ ਨੂੰ ਇਹ ਕਿਹਾ ਜਾਂਦਾ ਹੈ ਕਿ ਉਹਦੇ ਵਿੱਚ ਮਨੀ ਲੌਂਡਰਿੰਗ ਹੋਈ ਹੈ ਉਹਦੇ ਵਿੱਚ ਇਹ ਵੀ ਦੋਸ਼ ਲਾਇਆ ਗਿਆ ਮੋਟਾ ਪੈਸਾ ਚੱਲਿਆ ਔਰ ਉਸ ਦੇ ਗਵਾਹ ਵੀ ਦਿੱਲੀ ਦੇ ਸ਼ਰਾਬ ਦੇ ਜੋ ਠੇਕੇਦਾਰ ਹਨ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਲਕ ਹਨ ਉਹ ਸਰਕਾਰ ਵਾਲੇ ਪਾਸੇ ਖੜ ਗਏ ਹਨ ਤੇ ਉਹਨਾਂ ਨੇ ਆਪਣੀਆਂ ਗਵਾਹੀਆਂ ਵੀ ਦੇ ਦਿੱਤੀਆਂ ਹਨ ਕਿ ਇਹਦੇ ਵਿੱਚ ਕਿਸ ਪ੍ਰਕਾਰ heira-pheri ਹੋਈ ਹੈ ਉਸ ਵਿੱਚ ਉਹਨਾਂ ਨੇ ਕਈ 100 ਕਰੋੜ ਰੁਪਏ ਦੀ ਰਿਸ਼ਵਤ ਦੇ ਦੋਸ਼ ਵੀ ਲਾ ਦਿੱਤੇ ਹਨ ਸੋ ਇਹ ਜੋ ਉਹਨਾਂ ਨੂੰ ਤਿੰਨ ਸਟੇਟਾਂ ਵਿੱਚੋਂ ਜਿੱਤ ਮਿਲੀ ਹੈ ਉਸ ਨਾਲ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦਾ ਹੌਸਲਾ ਬੁਲੰਦੀਆਂ ਤੇ ਚਲਾ ਗਿਆ ਉਹਨਾਂ ਨੂੰ ਐ ਲੱਗ ਰਿਹਾ ਹੈ ਕਿ ਵੀ ਹੁਣ ਉਹ ਦੇਸ਼ ਵੱਲੋਂ ਲੋਕਾਂ ਵੱਲੋਂ ਵੋਟਰਾਂ ਵੱਲੋਂ ਉਹਨਾਂ ਦੀਆਂ ਸਾਰੀਆਂ ਪਾਲਿਸੀਆਂ ਜਿਹਦੇ ਵਿੱਚ ਉਹਨਾਂ ਦੀ ਕਿ ਵੱਡੀ ਪਾਲਸੀ ਹੈ ਕਿ ਈਡੀ ਰਾਈ ਉਹ ਆਪਣੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਜੋ ਛਾਪੇ ਮਾਰੇ ਜਾਂਦੇ ਹਨ ਅਤੇ ਉਹਨਾਂ ਦੀ ਕ腐ਸ਼ਨ ਦੇ منی ਲਾਂਡਰਿੰਗ ਦੇ ਜੋ ਕੇਸ ਉਹਨਾਂ ਤੇ ਰਜਿਸਟਰ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਪਾਇਆ ਜਾਂਦਾ ਉਹ ਤਿੰਨ ਸਟੇਟਾਂ ਦੇ ਵੋਟਰਾਂ ਨੇ ਉਹਨਾਂ ਨੂੰ ਉਹ ਵੀ ਅਪਰੂਵ ਕਰ ਦਿੱਤਾ ਉਸ ਤੋਂ ਉਹਨਾਂ ਨੂੰ ਹੌਸਲਾ ਮਿਲਿਆ ਔਰ ਦੂਸਰੇ ਪਾਸੇ ਸੁਪਰੀਮ ਕੋਰਟ ਅਤੇ ਦਿੱਲੀ ਹਾਈ ਕੋਰਟ ਨੇ ਵੀ ਨਾ ਰਿਆਤਾ ਨਹੀਂ ਦਿੱਤੀਆਂ ਮਨਨੀਸ਼ ਸੋਦੀਏ ਨੂੰ ਅਤੇ ਨਾ ਹੀ ਸੰਜੇ ਸਿੰਘ ਨੂੰ ਇਸ ਨਾਲ ਵੀ ED ਦਾ ਹੌਸਲਾ ਹੋਰ ਵੱਧ ਗਿਆ ਕਿ ED ਵੱਲੋਂ ਕੀਤੀ ਹੋਈ ਕਾਰਵਾਈ ਜਿਹੜੀ ਹੈ ਉਹ ਉੱਚ ਅਦਾਲਤਾਂ ਵੱਲੋਂ ਵੀ ਇੱਕ ਕਬੂਲ ਕੀਤੀ ਜਾ ਰਹੀ ਹੈ ਅਤੇ ਇਹਨਾਂ ਲੀਡਰਾਂ ਨੂੰ ਜ਼ਮਾਨਤਾਂ ਨਹੀਂ ਦਿੱਤੀਆਂ ਜਾ ਰਹੀਆਂ ਸੋ ਹੁਣ ਜਿਹੜੀ ED ਨੇ ਨੋਟਿਸ ਭੇਜਿਆ ਇਹਦੇ ਲਈ ਬੜੀ ਚੇਤਾਵਨੀ ਹੈ ਰਵਿੰਦ ਕੇਜਰੀਵਾਲ ਲਈ ਵੀ ਅਤੇ ਦੇਸ਼ਧੀਆਂ ਵਿਰੋਧੀ ਪਾਰਟੀਆਂ ਲਈ ਵੀ ਕਿ ਅਗਰ ED ਨੇ 21 ਦਸੰਬਰ ਨੂੰ ਕੇਜਰੀਵਾਲ ਨੂੰ ਅਰੈਸਟ ਕਰ ਲਿਆ ਤਾਂ ਇਹ ਇੱਕ ਨਵੀਂ ਸ਼ੁਰੂਆਤ ਸ਼ੁਰੂ ਹੋਏਗੀ ਕਿ ਪਹਿਲੇ ਵਾਰ ਕਿਸੇ ਚੀਫ ਮਿਨਿਸਟਰ ਨੂੰ ਇਸ ਤਰ੍ਹਾਂ ED ਅਰੈਸਟ ਕਰੇਗੀ ਅਤੇ ਉਸ ਉੱਪਰ ਕ腐ਸ਼ਨ ਦੇ ਦੋਸ਼ ਯਾਨੀ ਕਿ ਜਿਹੜੀ ਇੱਕ ਸਾਈਜ਼ ਪਾਲਿਸੀ ਹੈ ਉਸ ਵਿੱਚ ਹੋਈ ਜੋ ਹੈਰਾਫੇਰੀਆਂ ਉਸ ਵਿੱਚ ਜੋ ਰਿਸ਼ਵਤ ਦੇ ਦੋਸ਼ ਹਨ ਉਹ ਬੜੇ سنگੀਨ ਹਨ ਤੋਂ ਇਸ ਤੋਂ ਬਾਅਦ ਜੋ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀਆਂ ਉਹਨਾਂ ਦੀ ਵੀ ਆਰੀ ਨਜ਼ਰ ਆਉਂਦੀ ਲੱਗਦੀ ਹੈ ਏਸੀ ਤਰ੍ਹਾਂ ਕਈ ਲੀਡਰ ਐਮਪੀ ਮਧਿਆ ਪ੍ਰਦੇਸ਼ ਦੇ ਲੀਡਰਾਂ ਉੱਪਰ ਵੀ ਜੜੀਏ ਸਾਖgir ਸਕਦੀ ਹੈ ਔਰ ਮੈਂ ਇੱਥੇ ਇੱਕ ਗੱਲ ਤੁਹਾਡੇ ਦਰਸ਼ਕਾਂ ਦੇ ਧਿਆਨ ਵਿੱਚ ਲਿਆਉਣਾ ਚਾਹਨਾ ਕਿ ਇਹਨਾਂ ਦਿਨ ਸਟੇਟਾਂ ਦੀ ਜਿੱਤ ਨੇ ਇਨਾ ਹੌਸਲਾ ਵਧਾ ਦਿੱਤਾ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਰਕਾਰ ਦਾ ਕਿ ਉਹਨਾਂ ਨੇ ਅੱਜ 45 ਰਾਜ ਸਭਾ ਮੈਂਬਰਾਂ ਨੂੰ ਸਸਪੈਂਡ ਕਰਤਾ ਹੈ ਔਰ 33 ਲੋਕ ਸਭਾ ਦੇ ਮੈਂਬਰਾਂ ਨੂੰ ਵੀ ਸਸਪੈਂਡ ਕਰਤਾ ਹੁਣ ਦੇਖਣ ਕੀਤੇ ਗਏ ਕੁੱਲ ਸਸਪੈਂਡ ਐਮਪੀ ਤੇ ਰਾਜ ਸਭਾ ਦੇ ਮੈਂਬਰਾਂ ਦੀ ਗਿਣਤੀ 90 ਤੋਂ ਵੀ ਉੱਪਰ ਚਲੀ ਗਈ ਹੈ ਇਹ ਇੱਕ ਇਤਿਹਾਸ ਘੜਿਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਸਰਕਾਰ ਨੇ ਪਾਰਲੀਮੈਂਟਰੀ ਜੋ ਹਿਸਟਰੀ ਹੈ ਉਹਦੇ ਵਿੱਚ ਵੀ ਬੜੀ ਉੱਚੀ ਛਲਾਂਗ ਲਾਈ ਆ ਕਿ 90 ਤੋਂ ਵੱਧ ਐਮਪੀਜ਼ ਨੂੰ ਹੌਸੋਂ ਕੱਢ ਦਿੱਤਾ ਤੁਸੀਂ ਇਹ ਦੇਖਿਆ ਮੋਹਵ ਮਿੱਤਰਾ ਉਤੇ ਵੀ ਅਜੇ ਆਹੀ ਐਕਸ਼ਨ ਲਿਆ ਗਿਆ ਕਿਉਂਕਿ ਉਹ ਗੋਤਮ ਅਧਾਨੀ ਦੀ ਕਰਪਸ਼ਨ ਦੇ ਵਿਰੁੱਧ ਸਵਾਲ ਉਠਾਉਂਦੀ ਸੀ ਦੋਸ਼ ਲਾਂਦੀ ਸੀ ਉਸ ਤੋਂ ਪਹਿਲੇ ਸੰਜੇ ਸਿੰਘ ਨੂੰ ਕੀਤਾ ਗਿਆ ਉਸ ਤੋਂ ਵੀ ਪਹਿਲੇ ਰਾਹੁਲ ਗਾਂਧੀ ਨੂੰ ਅਜਿਹੇ ਸਵਾਲਾਂ ਕਰਕੇ ਹੀ ਸੋ ਕੱਢਿਆ ਗਿਆ ਸੀ ਪਰ ਰਾਹੁਲ ਗਾਂਧੀ ਜੀ ਨੂੰ ਜੋ ਸੁਪਰੀਮ ਕੋਰਟ ਤੋਂ ਰਿਆਤ ਮਿਲ ਗਈ ਅਤੇ ਉਹਨਾਂ ਦੀ ਬਹਾਲੀ ਹੋ ਗਈ ਸੋ ਇਹ ਹੁਣ ਜਿਹੜਾ ਰੁਖ ਹੈ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਸਰਕਾਰ ਦਾ ਉਹ ਸਾਨੂੰ ਦੇਖਣਾ ਚਾਹੀਦਾ ਹੈ ਕਿ ਉਹਨਾਂ ਦੀ ਹੁਣ ਦਿਸ਼ਾ ਵਿਰੋਧੀ ਪਾਰਟੀਆਂ ਦੇ ਉਹਨਾਂ ਸਾਰੇ ਲੀਡਰਾਂ ਨੂੰ ਉਹਨਾਂ ਨੇ ਟਾਰਗੇਟ ਕਰਨਾ ਹੈ ਜਿਹੜੇ ਮਨੀ ਲਾਂਡਰਿੰਗ ਜਾਂ ਕ੍ਰਾਪਸ਼ਨ ਦੇ ਕੇਸਾਂ ਵਿੱਚ ਕਿੱਥੇ ਨਾ ਕਿੱਥੇ ਉਹਨਾਂ ਦੇ ਨਾਂ ਆਂਦੇ ਹਨ ਜਾਂ ਉਹ ਸਿੱਧੇ ਤੌਰ ਤੇ ਇਨਵੋਲਵ ਹਨ ਸੋ ਇਹ ਕੇਜਰੀਵਾਲ ਲਈ ਖਤਰੇ ਦੀ ਘੰਟੀ ਹੈ ਅਤੇ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਚੈਲੰਜ ਹੈ ਕਿ ਉਹ ਹੁਣ ਕੀ ਕਰਦੇ ਹਨ ਤੋਂ ਇਸ ਚਰਚਾ ਨੂੰ ਅੱਜ ਅਸੀਂ ਖਤਮ ਕਰਨ ਤੋਂ ਪਹਿਲੇ ਇਹ ਕਰਦੇ ਹਾਂ ਇਹ ਦੱਸ ਦਿਆਂ ਤੁਹਾਨੂੰ ਕਿ ਜੇਕਰ ਕੇਜਰੀਵਾਲ ਨੂੰ ਵੀ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਈਡੀ ਦਾ ਰੁਖ ਪੰਜਾਬ ਵੱਲ ਵੀ ਹੋਵੇਗਾ ਕਿਉਂਕਿ ਜੋ ਪੰਜਾਬ ਦੀ ਅਕਸਾਈਜ਼ ਵਾਲਸੀ ਹੈ ਉਸ ਬਾਰੇ ਵੀ ਈਡੀ ਨੇ ਕਾਫੀ ਮਸੌਦਾ ਇਕੱਠਾ ਕੀਤਾ ਹੈ ਕਈ ਅ fırsਰਾਂ ਦੀ ਉਹਨਾਂ ਨੇ ਪੁੱਛ ਪੜਤਾਲ ਕੀਤੀ ਹੈ ਕਈ ਤਰ੍ਹਾਂ ਦੇ ਉਹਨਾਂ ਤੋਂ ਡਾਕੂਮੈਂਟ ਉਹਨਾਂ ਦੇ ਘਰਾਂ ਤੋਂ ਉਹਨਾਂ ਦੇ ਦਫ਼ਤਰਾਂ ਤੋਂ ਆਪਣੇ ਕਬਜ਼ੇ ਵਿੱਚ ਲੈ ਹਨ ਸੋ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਇਹ ਚਰਚਾ ਤੁਹਾਨੂੰ ਬਹੁਤ ਪਸੰਦ ਆਏਗੀ ਜੇਕਰ ਹੁਣ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਅੱਜ ਸਬਸਕ੍ਰਾਈਬ ਕਰੋ ਇਸ ਦਾ ਬੈਲ ਆਈਕਨ ਜ਼ਰੂਰ ਬਣਾਓ ਇਹਦੀ ਘੰਟੀ ਜ਼ਰੂਰ ਦਬਣੀ ਹੈ ਤਾਂ ਜੋ ਵੀਡੀਓ ਸਿੱਧੀ ਤੁਹਾਨੂੰ ਸਭ ਤੋਂ ਪਹਿਲੇ ਮਿਲੇ ਅਤੇ ਤੁਸੀਂ ਇਸ ਦਾ ਆਨੰਦ ਮਾਣ ਸਕੋ ਇਸ ਵਿੱਚ ਕੀਤੀ ਗਈ ਚਰਚਾ ਇਸ ਵਿੱਚ ਕੀਤੀ ਗਈ ਡਿਸਕਸ਼ਨ ਤੁਹਾਨੂੰ ਜਿਹੜੀ ਇਹ ਬੜੀ ਪਸੰਦ ਆਏਗੀ ਉਸ ਦਾ ਬਾਅਦ ਤੋਂ ਬਾਅਦ ਫਾਇਦਾ ਉਠਾਓ ਔਰ ਤੁਸੀਂ ਫੇਸਬੁੱਕ ਤੇ ਵੀ ਇਸ ਨੂੰ ਫਾਲੋ ਕਰੋ ਔਰ ਸਾਡੇ ਚੈਨਲ ਨੂੰ ਲਾਈਕ ਵੀ ਕਰੋ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਤੁਹਾਡੀ ਹੀ ਮਿਹਰਬਾਨੀ ਨਾਲ ਇਹ ਚੈਨਲ ਤਰੱਕੀਆਂ ਤੇ ਚੱਲ ਰਿਹਾ ਹੈ ਕਿ ਅਸੀਂ ਇੱਕ ਦੋ ਲੋਚਨਾਤਮਕ ਵੀਡੀਆਂ ਪਾਣੇ ਆ ਔਰ ਤੁਹਾਨੂੰ ਸੰਗਤਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਸਤ ਸ੍ਰੀ ਅਕਾਲ